हेलो फ्रेंड्स किमे हो ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਚੰਗੇ ਹੋਣੇ फ्रेंड्स ਨੂੰ ਕਾਫੀ ਸਾਰੇ ਜਨਿਆਦੇ ਕਮੈਂਟਸ ਆਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਫਰੰਟ ਸ਼ੀਟ ਨੂੰ ਫਿਲਪ ਕਰਨਾ ਦੱਸੋ ਔਰ ਅਗਰ ਆਪਾਂ ਸ਼ੀਟਸ ਵੀ ਸਾਈਟ ਤੋਂ ਡਾਊਨਲੋਡ ਕਰਨੀਆਂ ਤੇ ਉਹਨਾਂ ਨੂੰ ਕਿੱਦਾਂ ਕਰਾਂਗੇ ਫਰਸਟ ਆਫ 올 ਤੁਹਾਨੂੰ ਮੈਂ ਸਕਰੀਨ ਤੇ ਸਾਰਾ ਪ੍ਰੈਕਟੀਕਲ ਕਰਕੇ ਦਿਖਾਨ ਵਾਲੀਆਂ ਸੋ ਅਗਰ ਤੁਸੀਂ ਇਹ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਓਨ ਜ਼ਰੂਰ ਕਰ ਲੈਣਾ ਸੋ ਥੈਟ ਅਗਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਸੋ ਦੋਸਤੋ ਤੁਸੀਂ ਦੇਖ ਸਕ पंजाब यूनिवर्सिटी जो कि थोड़ा तो साइट से नॉर्मल ही मिल जाएगी सबनों ओपन करनी है थ्री डोर्स से जावगे इतने अपना कॉलम है एग्जामीनेशन एपर जाव उस तो नीचे देख सकते हो डे शीट वाला कॉलम है डेशीट वाला कॉलम आई थिंक सबू दिख रही है डेशीट वाले कॉलम से क्लिक करोगे जब तुम तो नीचे इतने आएगा नोटिस बोर्ड देख सद मेरी फिंगर नोटिस बोर्ड आपको ओपन करना इतों की जी ਠੀਕ ਹੈ ਨੋਟਿਸ ਬੋਰਡ ਜਿੱਦਾਂ ਹੀ ਆਪਾਂ ਓਪਨ ਕਰਾਂਗੇ ਆਪਣੇ ਕੋਲ ਜਿਹੜੀਆਂ ਸਪੈਸ਼ਲੀ ਇਨਸਟਰਕਸ਼ਨਸ ਆਈਆਂ ਦੇਖ ਸਕਦੇ ਹੋ 19 ਤਰੀਕ ਦੀ ਕੰਨਾ ਨੇ ਸ਼ੀਟ ਦਿੱਤੀ ਹੈ ਸਾਨੂੰ ਜਿਹੜੀ ਸ਼ੀਟਸ ਹੈ ਹੈਗੀਏ ਪੋਸਟ ਗ੍ਰੈਜੂਏਟ ਕੋਰਸੇਸ ਲਈ ਉਹਨਾਂ ਨੇ 24 ਪੇजेस ਯੂਜ਼ ਕਰਨੇ ਆਂ ਔਰ ਅੰਡਰ ਗ੍ਰੈਜੂਏਟ ਵਾਲਿਆਂ ਦੀ ਅਲੱਗ ਤੋਂ ਆਈ ਹੈ 20 ਪੇजेस ਠੀਕ ਹੈ ਬਟ ਫਰੰਟ ਪੇਜ ਦੋਨਾਂ ਦਾ ਹੀ ਸੇਮ ਹੈ ਬਸ ਸ਼ੀਟ ਦੀ ਕਾਊਂਟਿੰਗ ਅਲੱਗ-ਅਲੱਗ ਹੈ ਅੰਡਰ ਗ੍ਰੈਜੂਏਟ ਦੀ 20 ਹੈ ਔਰ ਪੋਸਟ ਗ੍ਰੈਜੂਏਟ ਦੀ 24 ਹੈ ਸੋ ਆਪਣੇ ਆਪਣੇ ਅਕੋਰਡਿੰਗ ਜਿੰਨਾਂ ਨੇ ਵੀ ਪ੍ਰਿੰਟ ਆਊਟ ਕਰਵਾਣੇ ਹੈ ਉਹਦੇ ਅਕੋਰਡਿੰਗ ਇੱਥੋਂ ਤੁਸੀਂ ਪੀਡੀਐਫ ਆਪਣੀ ਡਾਊਨਲੋਡ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਇੱਕ ਸ਼ੀਟ ਓਪਨ ਕਰਕੇ ਉਹਦਾ ਫਿਲ ਅਪ ਕਰਨਾ ਦੱਸ ਦਿੰਨੇ ਆ ਕਿ ਉਸ ਸ਼ੀਟ ਨੂੰ ਤੁਸੀਂ ਫਰੰਟ ਪੇਜ ਨੂੰ ਫਿਲ ਕਿੱਦਾਂ ਕਰੋਗੇ so that ਤੁਹਾਨੂੰ ਇਗਜ਼ਾਮ ਦੇ ਟਾਈਮ 'ਚ ਕਾਫੀ ਬੱਚਿਆਂ ਨੂੰ ਇਹ ਚੀਜ਼ ਦੀ ਕਨਫਿਊਜ਼ਨ ਰਹਿੰਦੀ ਹੈ ਕਿ ਫਿਲ ਕਿੱਦਾਂ ਕਰਨਾ ਆਪਾਂ ਸ਼ੀਟ ਨੂੰ so ਸਭ ਤੋਂ ਵੱਡੀ ਪ੍ਰੋਬਲਮ ਤੇ ਇਹ ਹੀ ਆ ਬਟ ਫਾਰਮੈਟ ਇਹ ਹੈ ਸ਼ੀਟ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਈਜ਼ੀ ਹੈ ਇਹਨੂੰ ਫਿਲਪ ਕਰਨਾ 2 ਮਿੰਟ ਦਾ ਕੰਮ ਹੈ ਇਹਨੂੰ ਫਿਲਪ ਕਰਨਾ ਫਸਟ ਆਫ 올 ਇੱਥੇ ਤੁਸੀਂ ਲਿਖਣੀ ਹੈ ਆਪਣੀ ਕਲਾਸ ਤੁਹਾਡੀ ਕਿਹੜੀ ਕਲਾਸ ਹੈ ਜਿੱਦਾਂ ਮੰਨ ਲਓ ਕਿ ਬੀਕਮ ਦੇ ਸਟੂਡੈਂਟ ਹੋ ਸੋ ਬੀਕਮ ਅਨ ਉਹਦੇ ਅੰਦਰ ਨਾਲ ਬਲੈਕਟ ਪਾ ਕੇ ਲਿਖੋਗੇ ਕਿ ਕਿਹੜਾ ਸੈਮੈਸਟਰ ਹੈ ਤੁਹਾਡਾ ਬੀਕਮ ਕਲਾਸ ਕਿਹੜਾ ਸੈਮ ਹੈ ਉਸ ਤੋਂ ਬਾਅਦ ਸਬਜੈਕਟ ਦੇ ਵਿੱਚ ਤੁਹਾਡੇ ਕਿਹੜੇ ਸਬਜੈਕਟ ਦਾ ਐਗਜ਼ਾਮ ਹੈ ਠੀਕ ਹੈ ਹੁਣ ਕਾਫੀ ਜਾ ਰਹੇ ਨਾ ਜਿੱਦਾਂ ਮੈਨੂੰ ਬੀਏ ਦੇ ਆਈ ਥਿੰਕ ਆਈਡੀਆ ਹੈ ਕਿ ਉਹਨਾਂ ਦੇ ਨਾ ਸਬਜੈਕਟ ਦੇ ਅੰਦਰ ਵੀ ਆਪਸ਼ਨ ਸਬਜੈਕਟ ਹੁੰਦੇ ਆ ਜਿੱਦਾਂ ਉਹਨਾਂ ਦੀ ਕਲਾਸ ਹੁੰਦੀ ਹੈ ਐਮਏ ਇੰਗਲਿਸ਼ ਐਮਏ ਇੰਗਲਿਸ਼ ਦੇ ਅੰਦਰ ਉਹਨਾਂ ਦਾ ਪੇਪਰ ਹੁੰਦਾ ਵਾ ਕੋਈ ਪੋਇਮ ਦਾ ਕਹਿ ਸਕੀਂ ਇੰਗਲਿਸ਼ ਪੋਇਮ ਦਾ ਜਾਂ ਹੋਰ ਵੀਚ অপਸ਼ਨਸ ਹੋ ਸਕਦੇ ਉਹਦੇ ਅੰਦਰ ਵੀ অপਸ਼ਨਸ ਹੁੰਦੇ ਆ ਸੋ ਇਹ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਦੇ ਐਗਜ਼ਾਮਸ ਇਦਾਂ ਆਪਸ਼ਨ ਵਾਈਜ਼ ਵੰਡੇ ਹੋਏ ਆ ਜਿਨ੍ਹਾਂ ਦੀ ਕਲਾਸੇ ਸਾਡੀ ਤੇ ਕੱਲੀ ਕਲਾਸ ਜਿੱਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਕਿ ਬੀਕਾਮ ਹੁਣ ਬੀਕਾਮ ਦੇ ਪੇਪਰਾਂ ਤੇ ਤੇ ਕੋਈ অপਸ਼ਨ ਨਹੀਂ ਸਿੱਧਾ ਸਬਜੈਕਟ ਦਾ ਨੇਮ ਹੈ ਸੋ ਉਹਨਾਂ ਬੱਚਿਆਂ ਲਈ ਪੇਪਰ ਤੇ অপਸ਼ਨ ਦਾ ਕਾਲਮ ਖਾਲੀ ਛੱਡਣਾ ਉਹਨਾਂ ਨੇ ਕਿਉਂਕਿ ਕੋਈ অপਸ਼ਨ ਨਹੀਂ ਹੈ ਬਾਕੀ ਤੁਹਾਡੇ ਕਾਲਜੇਜ਼ ਵਾਲੇ ਦੱਸ ਸਕਦੇ ਆ ਅਗਰ ਕੁਝ ਕਹਿਣਗੇ ਤਾਂ ਫਿਲ ਅਪ ਕਰਨਾ ਬਟ ਮੇਰੇ ਅਕੋਰਡਿੰਗ ਨਹੀਂ ਫਿਲ ਅਪ ਕਰੋਗੇ ਤੁਸੀਂ ਸਟੂਡ ਬੀਏ ਦੇ ਸਟੂਡੈਂਟ ਆ ਐਮਏ ਦੇ ਸਟੂਡੈਂਟ ਆ ਉਹਨਾਂ ਦੇ ਕੀ ਹੁੰਦਾ ਜਿਹੜਾ ਸਬਜੈਕਟ ਹੁੰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਐਮਏ ਇੰਗਲਿਸ਼ ਇਹ ਉਹਨਾਂ ਦੀ ਕਲਾਸ ਹੈ ਐਮਏ ਇੰਗਲਿਸ਼ ਐਮਏ ਉਹਨਾਂ ਦਾ ਮਤਲਬ ਕਲਾਸ ਹੈ ਸਬਜੈਕਟ ਉਹਨਾਂ ਦਾ ਕਿਹੜਾ ਐਮਏ ਇੰਗਲਿਸ਼ ਐਮਏ ਇੰਗਲਿਸ਼ ਦੇ ਅੰਦਰ ਉਹਨਾਂ ਦਾ ਪੇਪਰ ਕਿਹੜਾ ਹੈ ਜਿਹੜਾ ਉਹਦੇ ਮੈਂ ਤੁਹਾਨੂੰ ਦੱਸਿਆ ਐਮਏ ਇੰਗਲਿਸ਼ ਦੇ ਅੰਦਰ ਇੱਕ ਪੋਇਮ ਸਬਜੈਕਟ ਹੋਏਗਾ ਉਹਦਾ ਪੇਪਰ ਹੈ ਉਹਦੇ ਅੰਦਰ ਵੀ ਉਹਨਾਂ ਦਾ ਇੱਕ ਆਪਸ਼ਨ ਹੁੰਦਾ ਹੈ ਕਿ ਐਗਜ਼ਾਮਸ ਦੇ ਆਪਸ਼ਨਸ ਹੈ ਕਿਹੜਾ ਐਗਜ਼ਾਮ ਹੈ ਸੋ ਉਹ ਚੀਜ਼ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਪੇਪਰ ਹੈ ਬਾਕੀ ਬੱਚੇ ਨੇ ਇਹ ਕਾਲਮਸ ਖਾਲੀ ਛੱਡ ਸਕਦੇ ਨੇ ਬਲੈਂਕ ਛੱਡ ਸਕਦੇ ਹੋ ਦੋ ਕਾਲਮ ਪੇਪਰ ਔਰ ਆਪਸ਼ਨ ਉਸ ਤੋਂ ਬਾਅਦ ਤੁਸੀਂ ਐਗਜ਼ਾਮ ਕਿਹੜੇ ਮੀ ਤੇ ਲਿਖੋਗੇ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਡੇ ਸ਼ੀਟ ਜਿਹੜੀ ਆਈ ਉਹਦੇ ਉੱਤੇ ਸਬਜੈਕਟ ਕੋਡ ਤੇ ਐਗਜ਼ਾਮ ਕੋਡ ਹਰ ਪੇਪਰ ਦਾ ਮਿਲ ਜਾਏਗਾ ਉਹ ਤੁਸੀਂ ਇੱਥੇ ਪਹਿਲੇ ਚਾਹੇ ਫਿਲਪ ਕਰਕੇ ਰੱਖ ਲੈਣਾ so that exam ਦੇ ਟਾਈਮ ਤੁਹਾਨੂੰ ਟੈਨਸ਼ਨ ਨਾ ਹੋਵੇ ਐਂਡ ਸੇਮ ਉਹ ਨਿੱਧਰਲੀ ਸਾਈਡ ਹੈ ਇਧਰ ਤੁਸੀਂ ਨੰਮੈਰਿਕਸ ਦੇ ਵਿੱਚ ਪਹਿਲੇ ਰੋਲ ਨੰਬਰ ਲਿਖਣਾ ਹੈ ਫਿਰ ਅਲਫਾਬੈਟਸ 'ਚ ਲਿਖਣਾ ਹੈ ਫਿਰ ਆਪਣੀ ਕਲਾਸ ਲਿਖਣੀ ਹੈ ਸਬਜੈਕਟ ਲਿਖਣਾ ਹੈ ਕਿਹੜਾ ਪੇਪਰ ਔਰ ਆਪਸ਼ਨ ਤੁਸੀਂ ਬਲੈਂਕ ਛੱਡ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਨੀਚੇ ਵਾਲੀ ਇਨਫੋਰਮੇਸ਼ਨ ਤੁਸੀ ਫਿਲ ਨਹੀਂ ਕਰਨੀ ਹੈ ਸੋ ਦੈਟਸ 올 ਫੋਰ ਥਿਸ ਵੀਡੀਓ ਮੈਂ ਤੁਹਾਨੂੰ ਮੀਨ ਸ਼ੀਟ ਫਿਲ ਅਪ ਕਰਨੀ ਸਿਖਾਣੀ ਸੀ ਕਾਫੀ ਸਾਰੇ ਬੱਚਿਆਂ ਦੇ ਕਮੈਂਟ ਸੀ ਕਿ ਸ਼ੀਟ ਫਿਲ ਅਪ ਕਰਨੀ ਦੱਸੋ ਪੰਜਾਬ ਯੂਨੀਵਰਸਿਟੀ ਦੀ ਕਾਫੀ ਕਨਫਿਊਜ਼ਨ ਹੈ ਸੋ ਆਈ ਹੋਪ ਤੁਹਾਨੂੰ ਮੇਰੀ ਦੱਸੀ ਗਈ ਇਨਫੋਰਮੇਸ਼ਨ ਹੈਲਪਫੁਲ ਲੱਗੀ ਹੋਈਏ ਔਰ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਅਗਰ ਇਹ ਜੇ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਣਾ ਸੋ ਦੈਟ ਮੈਂ ਉਹਨੂੰ ਕਲੀਅਰ ਕਰ ਸਕਾਂ ਬਾਏ ਬਾਏ ਫਰੈਂਡਸ ਮਿਲਦੇ ਹਾਂ ਤੁਹਾਨੂੰ ਆਪਣੀ ਅਗਲੀ